ज्यादा काम चल रहा थे। हाँ जी खट्टा कौन लाना वा देख ला पर हो कि काम आए कि पता नहीं रे भाई जी तुम लाना है सके नहीं नहीं खट्टा चलता और क्यों चलता ਭਗਦੜ ਰੇਡ ਬਾਅਦ ਪਈ ਹੈ ਘਟਨਾ ਖੰਨਾ ਅਤੇ ਮਲੇਰਕੋਟਲਾ ਦੀ ਹੱਦ ਤੇ ਪੈਂਦੇ ਪਿੰਡ ਜਗੇੜਾ ਦੀ ਹੈ ਜਿੱਥੇ ਸ਼ਰਿਆਮ ਨਾਜਾਇਜ਼ ਲਾਟਰੀ ਦਾ ਧੰਦਾ ਚੱਲ ਰਿਹਾ ਸੀ ਨੇਪਾਲ ਤੋਂ ਸੰਚਾਲਿਤ ਇਸ ਲਾਟਰੀ ਗੇਮ ਦੇ ਵਿੱਚ ਆਮ ਲੋਕਾਂ ਨੂੰ 10 ਰੁਪਏ ਦੀ ਥਾਂ 100 ਰੁਪਏ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਸੀ ਇੱਥੇ ਮੁਲਜ਼ਮ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਫਰਾਰ ਹੋ ਗਏ ਨੇ ਉਹਨਾਂ ਦੇ ਭੱਜਣ ਦੀਆਂ ਤਸਵੀਰਾਂ ਕੈਮਰੇ 'ਚ ਜ਼ਰੂਰ ਕੈਦ ਹੋਈਆਂ ਨੇ ਐਸਐਚਓ ਸੰਦੀਪ ਕੁਮਾਰ ਦੇ ਦੱਸੇ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਤੇ ਉਹਨਾਂ ਫੌਰਨ ਕਾਰਵਾਈ ਕਰਦੇ ਹੋਏ ਚੌਂਕੀ ਇੰਚਾਰਜ ਨੂੰ ਭੇਜ ਦਿੱਤਾ ਪਰ ਮੁਲਜ਼ਮ ਚੌਂਕੀ ਇੰਚਾਰਜ ਨੂੰ ਵੇਖਦੇ ਹੀ ਉੱਥੋਂ ਰਫੂ ਚੱਕਰ ਹੋ ਗਏ ਹਾਲਾਂਕਿ ਉਕਤ ਲੋਕਾਂ ਦੀ ਪਹਿਚਾਣ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੇਰੇ ਕੁਝ ਧਿਆਨ ਦੇ ਵਿੱਚ ਅੱਜ ਆਇਆ ਸੀਗਾ ਤੇ ਜਦੀ ਨਾਲ ਦੀ ਨਾਲ ਮੈਂ ਚੌਂਕੀ ਇੰਚਾਰਜ ਨੂੰ ਉੱਥੇ ਮੌਕੇ ਤੇ ਭੇਜਿਆ ਸੀ ਵੀ ਦੇਖੋ ਵੈਰੀਫਾਈ ਕਰੋ ਕੀ ਫੈਕਟਸ ਨੇ ਤੇ ਚੌਂਕੀ ਇੰਚਾਰਜ ਮੌਕੇ ਤੇ ਪਹੁੰਚਿਆ ਸੀਗਾ ਉਹ ਤੋਂ ਪਹਿਲਾਂ ਹੀ ਜਿਹੜੇ ਬੰਦੇ ਉੱਥੋਂ ਜੋ ਵੀ ਕੋਈ ਨਜਾਇਜ਼ ਧੰਦਾ ਕਰ ਰਹੇ ਨੇ ਉੱਥੋਂ ਫਰਾਰ ਹੋ ਗਏ ਸੀ ਤੇ ਉਹਨੂੰ ਮੈਂ ਹਦਾਇਤ ਕਰਤੀ ਵੀ ਇਹਨਾਂ ਦਾ ਇਹਨਾਂ ਦੀ ਸ਼ਨਾਖਤ ਕਰਕੇ ਪ੍ਰੋਪਰ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਊਗਾ ਜਿਸ ਤਰ੍ਹਾਂ ਇਹ ਦੱਸ ਰਹੇ ਨੇ ਕਿ ਗੈਂਗ ਨੂੰ ਵੀ ਲਾਟੇ ਲੋਕ ਨੇ ਕਾਫੀ ਥੋੜਾ ਪਹਿਲਾਂ ਵੀ ਦਿਵਾਈ ਸੀਗੇ ਜੀ ਤੁਹਾਡੀ ਜੁਆਇਨਿੰਗ ਦਾ ਵੀ ਕੋਈ ਵੀ ਗੈਰ ਕਾਨੂੰਨੀ ਧੰਦਾ ਮੇਰੇ ਏਰੀਏ ਦੇ ਵਿੱਚ ਮੈਂ ਕਿਸੇ ਨੂੰ ਬਖਸ਼ੂੰਗਾ ਨਹੀਂ ਮੈਂ ਮੁਕੱਦਮਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਾਂਗਾ।